ਰਾਤ ਨੂੰ ਜਿਹੜੇ ਤੁਹਾਨੂੰ ਸੁਪਨੇ ਆਉਂਦੇ ਆ ਉਹਨਾਂ ਦੀ ਡੀਕੋਡਿੰਗ ਬਾਰੇ ਮੈਂ ਤੁਹਾਨੂੰ ਗੱਲਾਂ ਦੱਸ ਦਾਂਗਾ। ਹੁਣ ਤੱਕ ਸਾਇੰਸ ਕੀ ਮੰਨਦੀ ਸੀਗੀ ਕਿ ਸੁਪਨੇ, ਸੁੱਤਾ ਪਿਆ ਸਾਡਾ ਦਿਮਾਗ ਜੋ ਸੋਚਦਾ ਏ ਉਹ ਸਾਨੂੰ ਚਿੱਤਰ ਦੇ ਰੂਪ ਵਿੱਚ ਦਿਖਾਈ ਦਿੰਦੇ ਆ। ਜਿਸ ਤਰ੍ਹਾਂ ਕਿਸੇ ਸੁੱਤੇ ਹੋਏ ਇਨਸਾਨ ਦੇ ਮੱਥੇ 'ਤੇ ਇੱਕ ਪਾਣੀ ਦੀ ਬੂੰਦ ਰੱਖੀ ਜਾਵੇ ਤਾਂ ਪਾਣੀ ਨਾਲ ਰਿਲੇਟਿਵ ਜਿਹੜੀਆਂ ਮੈਮਰੀਆਂ ਹੋਣਗੀਆਂ ਉਹ ਤਾਂ ਸੁਪਨਾ ਬਣੂਗਾ। ਉਹਦੇ ਨੱਕ ਦੇ ਕੋਲ ਕੋਈ ਮੁਸ਼ਕ ਛੱਡਿਆ ਜਾਵੇ ਤਾਂ ਮੁਸ਼ਕ ਨਾਲ ਰਿਲੇਟਿਵ ਮੈਮਰੀਆਂ ਉਹਦੇ ਦਿਮਾਗ ਦੇ ਵਿੱਚ ਪਲੇ ਹੋਣਗੀਆਂ। ਕੋਈ ਖੁਸ਼ਬੂ ਛੱਡੀ ਜਾਵੇ, ਖੁਸ਼ਬੂ ਨਾਲ ਰਿਲੇਟਿਵ ਕੋਈ ਚੀਜ਼ ਦਾ ਖੜਕਾ ਕੀਤਾ ਜਾਵੇ ਉਹਦੇ ਨਾਲ ਰਿਲੇਟਿਵ, ਕੋਈ ਚੀਜ਼ ਦੀ ਘਰਸ਼ਣ ਪੈਦਾ ਕੀਤੀ ਜਾਵੇ ਉਹਦੇ ਨਾਲ ਰਿਲੇਟਿਵ, ਮਤਲਬ ਉਹਦੀਆਂ ਗਿਆਨ ਇੰਦਰੀਆਂ ਸੁੱਤੇ ਪਏ ਹੋਏ ਕਿਸ ਕਿਸ ਤਰ੍ਹਾਂ ਦੇ ਸਿਗਨਲ ਰਿਸੀਵ ਕਰਨਗੀਆਂ। ਮਤਲਬ ਕਿ ਅਸੀਂ ਪੰਜ ਗਿਆਨ ਇੰਦਰੀਆਂ ਦੇ ਥਰੂ ਜਾਗਰੂਕ ਹੁੰਦੇ ਹਾਂ ਤਾਂ ਸੁੱਤੇ ਪਏ ਜਦੋਂ ਨੀਂਦ ਆਉਣਾ ਹੁੰਦਾ ਤਾਂ ਜਾਂ ਨੀਂਦ ਖੁੱਲ੍ਹਣ ਵਾਲੀ ਹੁੰਦੀ ਆ ਉਸ ਸਮੇਂ ਗਿਆਨ ਇੰਦਰੀਆਂ ਜਿਹੜੀ ਹਲਕੀ ਹਲਕੀ ਵੀ ਚੀਜ਼ ਉਹ ਮਹਿਸੂਸ ਕਰਦੀਆਂ ਉਹਨਾਂ ਦੇ ਨਾਲ ਰਿਲੇਟਿਵ ਜਿਹੜੀ ਮੈਮਰੀ ਪਈ ਹੁੰਦੀ ਹੈ ਸਿਰ ਦੇ ਵਿੱਚ ਉਹ ਸਾਡਾ ਦਿਮਾਗ ਸਾਨੂੰ ਦਿਖਾਉਣੀ ਸ਼ੁਰੂ ਕਰ ਦਿੰਦਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸੁਪਨੇ ਆ ਰਹੇ ਆ। ਪਰ ਕਈ ਵਾਰ ਚੀਜ਼ਾਂ ਬਿਲਕੁਲ ਅਲੱਗ ਹੁੰਦੀਆਂ, ਕਈ ਇਸ ਤਰ੍ਹਾਂ ਦੇ ਸੁਪਨੇ ਹੁੰਦੇ ਆ ਜਿਹੜੇ ਸਾਨੂੰ ਉੱਠਣ ਤੋਂ ਬਾਅਦ ਨਹੀਂ ਭੁੱਲਦੇ ਗੇ, ਜ਼ਿਆਦਾਤਰ ਸੁਪਨੇ ਉੱਠਣ ਤੋਂ ਬਾਅਦ ਭੁੱਲ ਜਾਂਦੇ ਆ। ਜਿਹੜੇ ਅਜਿਹੇ ਸੁਪਨੇ ਹੁੰਦੇ ਆ ਜਿਹੜੇ ਸਾਨੂੰ ਸਾਰੀ ਉਮਰ ਯਾਦ ਰਹਿੰਦੇ ਆ, ਉਹ ਸੁਪਨੇ ਜ਼ਿਆਦਾਤਰ 8 ਸਾਲ ਤੋਂ ਲੈ ਕੇ 15 ਸਾਲ ਦੇ ਦੌਰਾਨ ਆਉਂਦੇ ਆ। ਕਈ ਸੁਪਨੇ ਅਜਿਹੇ ਹੁੰਦੇ ਆ ਜਿਨ੍ਹਾਂ ਤੋਂ ਜਾਗਣ ਤੋਂ ਬਾਅਦ ਤੁਹਾਡੀ ਧੜਕਣ ਤੇਜ਼ ਹੁੰਦੀ ਆ ਅਤੇ ਉਹਨਾਂ ਦੀ ਗੂੰਜ ਸੁਪਨੇ ਦੀ ਤੁਹਾਡੇ ਕੰਨਾਂ ਦੇ ਵਿੱਚ ਹੁੰਦੀ ਆ। ਸੁਪਨਿਆਂ ਦੇ ਬਹੁਤ ਸਾਰੇ ਭੇਦਾਂ ਤੋਂ ਪਰਦਾ ਚੁੱਕ ਰਹੀ ਇਹ ਕਿਤਾਬ ਮਨੋ ਵਿਸ਼ਲੇਸ਼ਣ, ਇਹਦੇ ਬਾਰੇ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗਾ ਕਿ ਸੁਪਨਿਆਂ ਨੂੰ ਡੀਕੋਡ ਤੁਸੀਂ ਕਿਵੇਂ ਕਰ ਸਕਦੇ ਆ। ਸੁਪਨਿਆਂ ਦੇ ਵਿੱਚ ਗੁਪਤ ਮੈਸੇਜ ਹੁੰਦੇ ਆ, ਸੁਪਨਿਆਂ ਦੇ ਵਿੱਚ ਜੋ ਚੀਜ਼ਾਂ ਤੁਸੀਂ ਦੇਖਦੇ ਆ ਉਹ ਕਈ ਵਾਰ ਤੁਹਾਡੀ ਮੈਮਰੀ ਦੇ ਵਿੱਚ ਉਹ ਚੀਜ਼ਾਂ ਨਹੀਂ ਹੁੰਦੀਆਂ। ਫੋਰ ਐਗਜ਼ਾਮਪਲ, ਫਿਊਚਰਿਸਟਿਕ ਮਤਲਬ ਫਿਊਚਰ ਦੇ ਵਿੱਚੋਂ ਸਿਗਨਲ ਜਿਹੜਾ ਉਹ ਸੁਪਨੇ ਦੇ ਵਿੱਚ ਆ ਜਾਂਦਾ ਹੁੰਦਾ। ਮਤਲਬ ਤੁਸੀਂ ਕਈ ਵਾਰ ਟਾਈਮ ਪਾਸ ਕਰ ਰਹੇ ਹਾਂ ਫੋਨ 'ਤੇ, ਠੀਕ ਆ, ਟਾਈਮ ਪਾਸ ਕਰ ਰਹੇ ਹਾਂ ਤਾਂ ਤੁਹਾਨੂੰ ਅਚਾਨਕ ਖਿਆਲ ਆਉਂਦਾ ਕਿ ਮੈਂ ਤਾਂ ਫਲਾਨਾ ਕੰਮ ਕਰਨਾ ਸੀ ਆਪਣਾ, ਉਹ ਕਰ ਲਾਂ, ਟਾਈਮ ਪਾਸ ਕਰਨਾ ਬੰਦ ਕਰਦਾ। ਜੋ ਕੋਈ ਪੜ੍ਹਦਾ ਤਾਂ ਉਹਨੂੰ ਵੀ ਖਿਆਲ ਆਉਂਦਾ ਕਿ ਮੈਂ ਆਈ ਟਾਈਮ ਖਰਾਬ ਕਰਾਂ ਤਾਂ ਮੈਂ ਫੇਲ ਹੋ ਜੂੰਗਾ। ਉਹ ਥੋਟ ਉਹਦੇ ਦਿਮਾਗ 'ਚ ਕਿੱਥੋਂ ਆਇਆ? ਫਿਊਚਰ ਨਾਲ ਰਿਲੇਟਿਵ ਉਹਨੇ ਕੁਛ ਸੋਚਿਆ ਕਿ ਨਹੀਂ ਤਾਂ ਇਸ ਤਰ੍ਹਾਂ ਹੋਜੂ, ਠੀਕ ਹੈ ਨਾ, ਸਮਝੋ ਗੱਲ ਇਸ ਨੂੰ। ਤਾਂ ਸੁਪਨਿਆਂ ਦੀ ਸਾਰੀ ਜਿੰਨੀ ਵੀ ਹੈਗੀ ਆ ਕਹਿ ਲਓ ਇਹਦੀ ਮਨੋ ਵਿਸ਼ਲੇਸ਼ਣ ਦੇ ਵਿੱਚ ਕਿ ਸੁਪਨਿਆਂ ਦਾ ਤੁਸੀਂ ਲਾਭ ਕਿਵੇਂ ਲੈ ਸਕਦੇ ਆ ਸਾਇੰਸ ਦੇ ਹਿਸਾਬ ਨਾਲ, ਠੀਕ ਆ। ਮੈਂ ਕੋਈ ਮਨਘੜਤ ਕਹਾਣੀਆਂ ਨਹੀਂ ਸੁਣਾਉਣ ਲੱਗਿਆ ਕਿ ਪਹਿਲਾਂ ਕਹਿੰਦੇ ਸੁਪਨਿਆਂ ਦਾ ਮਤਲਬ ਇਹ, ਸੁਪਨਿਆਂ ਦਾ ਮਤਲਬ ਉਹ, ਹੈ ਨਾ, ਫਲਾਨਾ ਟਾਲਾ ਕਰ ਲਓ, ਮਟਾਲਾ ਕਰ ਲਓ। ਰੀਅਲ ਦੇ ਵਿੱਚ, ਠੀਕ ਹੈ, ਸੁਪਨੇ ਕਿਵੇਂ ਵਰਕ ਕਰਦੇ ਆ ਔਰ ਕਿਸ ਕਿਸ ਸੁਪਨੇ ਦੇ ਕੀ ਮਤਲਬ ਹੁੰਦੇ ਆ, ਕੀ ਉਹਦੇ ਵਿੱਚ ਸੰਕੇਤ ਹੁੰਦੇ ਆ, ਸਭ ਚੀਜ਼ਾਂ ਫੋਲੋ ਕਰ ਲਵੋ। ਪ੍ਰੋਜੈਕਟ ਵਿਜ਼ਡਮ, ਠੀਕ ਹੈ ਜੀ, ਸੀਰੀਜ਼ ਚੱਲੂਗੀ ਪੂਰੀ ਦੀ ਪੂਰੀ, 10 ਵੀਡੀਓ ਦੇ ਵਿੱਚ ਸੁਪਨਿਆਂ ਦਾ ਸਾਰਾ ਖੇਡ ਤੁਹਾਨੂੰ ਸਮਝਾ ਦੇਣਾ ਗਾ। ਉਸ ਤੋਂ ਬਾਅਦ ਸ਼ੁਰੂ ਹੋਊਗੀ
ਜਿਹੜੀ ਬੋਕਾ, ਜਿਸ ਤਰ੍ਹਾਂ ਕਿ ਬੋਡੀ ਲੈਂਗੁਏਜ, ਕਿਸੇ ਵੀ ਪਰਸਨ ਨੂੰ ਰੀਡ ਕਿਵੇਂ ਕਰਨਾ ਗਾ, ਠੀਕ ਹੈ, ਉਹ ਵੀ ਬਹੁਤ ਜ਼ਰੂਰੀ ਆ। ਫਿਲਹਾਲ ਇਸ ਬੁੱਕ ਦੇ ਵਿੱਚੋਂ ਮੈਂ ਤੁਹਾਨੂੰ ਵੀਡੀਓ ਬਣਾ ਕੇ ਹੋ ਸਕਦਾ ਘੱਟ ਵੀਡੀਓ ਦੇ ਵਿੱਚ ਨਿਬੇੜ ਦੇਵਾਂ, ਠੀਕ ਆ ਜੀ। ਆਪਾਂ ਮਿਲਦੇ ਨੈਕਸਟ ਵੀਡੀਓ ਦੇ ਵਿੱਚ, ਤੁਸੀਂ ਦੇਖ ਰਹੇ ਹਾਂ ਪ੍ਰੋਜੈਕਟ ਪੇਜ ਡਾਊਨ, ਫੋਲੋ ਕਰ ਲਿਓ, ਫੁੱਲ ਵੀਡੀਓ ਡਿਟੇਲ ਇਹਦੇ ਵਿੱਚ ਮਿਲੂਗੀ, ਠੀਕ ਹੈ ਜੀ, ਬਾਏ ਬਾਏ।